ਮੈਟਰੋ ਚਲਾਓ, ਫਲਾਈਓਵਰ ਬਣਾਓ, ਆਪਣਾ ਬਹੁਤ ਵਧੀਆ ਕੰਟਰੋਲ ਹੋ ਜਾਏਗਾ। ਚੰਡੀਗੜ੍ਹ ਦੇ ਪ੍ਰਸ਼ਾਸਕ ਵਾ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਚੰਡੀਗੜ੍ਹ ਦੇ ਮੁੱਦਿਆਂ ਨੂੰ ਲੈ ਕੇ ਕਈ ਚੀਜ਼ਾਂ ਤੇ ਉਹਨਾਂ ਨੇ ਗੱਲਬਾਤ ਕੀਤੀ, ਹਾਲਾਂਕਿ ਪਾਪੂਲੇਸ਼ਨ ਨੂੰ ਲੈ ਕੇ, ਹਾਊਸਿੰਗ ਨੂੰ ਲੈ ਕੇ ਉਹਨਾਂ ਨੇ ਗੱਲਬਾਤ ਕੀਤੀ। ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ, ਇੱਕ ਘਰ ਇੱਕ ਗੱਡੀ ਬਾਰੇ ਉਹਨਾਂ ਨੇ ਕਿਹਾ, ਲੇਕਿਨ ਅੱਜ ਦਾ ਸਮਾਂ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਵੀ ਹੈ ਕਿ ਇੱਕ ਘਰ ਦੇ ਵਿੱਚ 5-5, 6-6 ਗੱਡੀਆਂ ਨੇ। ਹਾਲਾਂਕਿ ਪਾਪੂਲੇਸ਼ਨ 5 ਲੱਖ ਦੀ ਸੀਗੀ ਜਿਸ ਹਿਸਾਬ ਨਾਲ ਬਣਾਇਆ ਸੀਗਾ, ਲੇਕਿਨ ਹੁਣ 14 ਲੱਖ ਕਰੀਬ ਪਾਪੂਲੇਸ਼ਨ ਪਹੁੰਚ ਚੁੱਕੀ ਹੈ। ਫਲੋਟਿੰਗ ਪਾਪੂਲੇਸ਼ਨ ਦੀ ਗੱਲ ਕਰ ਲਈਏ, ਜੋ ਆਉਣ ਜਾਣ ਵਾਲੇ ਹੈ ਉਹ ਵੀ ਕਰੀਬਨ ਇਸ ਤਰ੍ਹਾਂ ਦੀ ਹੈ, ਲੇਕਿਨ ਕਾਫੀ ਜ਼ਿਆਦਾ ਰਸ਼, ਟ੍ਰੈਫਿਕ, ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਵਿਚਾਰ ਵਿਮਰਸ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਹਾਊਸਿੰਗ ਪ੍ਰੋਜੈਕਟਸ ਨੂੰ ਹਜੇ ਰੋਕਿਆ ਗਿਆ, ਹੋਰ ਦੂਜੇ ਡਿਵੈਲਪਮੈਂਟ ਵਰਕਸ ਨੂੰ ਕੰਮ ਕੀਤਾ ਜਾ ਰਿਹਾ, ਲੇਕਿਨ ਇੱਕ ਗੱਡੀ ਇੱਕ ਘਰ ਦੇ ਵਿੱਚ ਇੱਕ ਘਰ ਹੋਵੇ, ਉਸ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ। ਜਿਹੜੇ ਲੋਕ ਨੇ ਚੰਡੀਗੜ੍ਹ ਦੇ ਕਾਫੀ ਪੁਰਾਣੇ ਇੱਥੇ ਰਹਿ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ, ਸਰ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਇੱਕ ਘਰ 'ਚ ਇੱਕ ਗੱਡੀ ਹੋਣੀ ਚਾਹੀਦੀ ਹੈ, ਇੱਕ ਘਰ ਹੋਣਾ ਚਾਹੀਦਾ, ਪਾਪੂਲੇਸ਼ਨ ਲਗਾਤਾਰ ਵੱਧ ਰਹੀ ਹੈ। ਦੇਖੋ, ਇੱਕ ਘਰ ਦੇ ਵਿੱਚ ਇੱਕ ਗੱਡੀ ਮੈਂ ਤਾਂ ਨਹੀਂ ਮੰਨਦਾ, ਬਲਕਿ ਵੱਡੇ ਵੱਡੇ ਕੋਠੀਆਂ ਚਲੇ ਜਾਓ, 6-6 ਕਾਰਾਂ, ਕਿ ਉਹ ਜ਼ਰੂਰਤ ਹੈ। ਪਿੱਛੇ ਜੇ ਉਹਨਾਂ ਦੀ ਮਿਸਿਜ ਕਿਤੇ ਸਮਾਨ ਲੈਣ ਜਾਣਾ, ਉਹਨੇ ਗੱਡੀ ਦੇ ਵਿੱਚ ਜਾਣਾ, ਪੈਦਲ 'ਤੇ ਜਾਣਾ ਕੋਈ ਨਹੀਂ। ਔਰ ਦੇਖੋ, ਹੁਣ ਮੇਰੀਆਂ 2 ਦੁਕਾਨਾਂ ਨੇ, ਮੈਂ ਦੋਨਾਂ ਦੁਕਾਨਾਂ ਵਾਸਤੇ, ਇੱਕ ਮੈਂ ਆਉਂਦਾ, ਇੱਕ ਮੇਰਾ ਬੇਟਾ ਹੈ। ਹੁਣ ਸਾਨੂੰ 2 ਗੱਡੀਆਂ ਚਾਹੀਦੀਆਂ ਚਾਹੀਦੀਆਂ ਨੇ। ਹੁਣ ਅਸੀਂ ਕਹੀਏ ਜੀ ਅਸੀਂ ਸਕੂਟਰਾਂ 'ਤੇ ਆਵਾਂਗੇ, ਬਾਰਿਸ਼ ਹੈ, ਧੁੱਪ ਹੈ, ਜੋ ਵੀ ਹੈ, ਇਹ ਕੋਈ ਗੱਲ ਬਣਦੀ ਨਹੀਂ। ਇੱਕ ਘਰ 'ਚ ਇੱਕ ਗੱਡੀ ਨਹੀਂ ਠੀਕ ਰਹਿੰਦੀ, ਇੱਕ ਘਰ 'ਚ 3 ਗੱਡੀਆਂ ਵੀ ਥੋੜ੍ਹੀਆਂ ਨੇ। ਪਾਪੂਲੇਸ਼ਨ ਲਗਾਤਾਰ ਵੱਧਦੀ ਜਾ ਰਹੀ ਹੈ, ਟ੍ਰੈਫਿਕ ਲਗਾਤਾਰ ਵੱਧਦਾ ਜਾ ਰਿਹਾ, ਹਾਲਾਂਕਿ ਫਲਾਈਓਵਰ ਬਾਰੇ ਜਾਂ ਫਿਰ ਹੋਰ ਓਵਰਬ੍ਰਿਜ ਬਾਰੇ ਵੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਜਲਦੀ ਦੇ ਵਿੱਚ ਕੰਮ ਹੋਏਗਾ। ਦੇਖੋ, ਇਹ ਬੜੀ ਅੱਛੀ ਗੱਲ ਹੈ, ਇਸ 'ਚ ਮੈਂ ਬੜਾ ਖੁਸ਼ ਹਾਂ। ਕਾਰਨ ਹੈ, ਅਸੀਂ ਪੰਚਕੂਲੇ ਤੋਂ ਆਉਂਦੇ ਹਾਂ, ਦੇਖਦੇ ਹਾਂ ਕਿੰਨੀ ਟ੍ਰੈਫਿਕ, ਸਾਨੂੰ 1/2 ਘੰਟਾ ਲੱਗ ਜਾਂਦਾ ਇੱਕ ਰੇਲਵੇ ਪੁਆਇੰਟ ਤੋਂ ਲੈ ਕੇ ਸਬਜ਼ੀ ਮੰਡੀ ਤੱਕ ਆਉਂਦੇ ਹਾਂ। ਔਰ ਇੰਨਾ ਕੁ ਰਸ਼ ਹੁੰਦਾ ਕਿ ਜਿਹਦਾ ਬਿਆਨ ਨਹੀਂ ਕੀਤਾ ਜਾ ਸਕਦਾ, ਗੱਡੀ ਕਿਸੇ ਦੇ 'ਚ ਵੱਜਦੀ ਹੈ, ਕਦੀ ਕਿਸੇ 'ਚ ਵੱਜਦੀ ਹੈ, ਅਤੇ ਜੇ ਖੜ ਜਾਵੇ ਤਾਂ ਸਾਰਾ ਟ੍ਰੈਫਿਕ ਰੁਕ ਜਾਂਦਾ। ਬਿਲਕੁਲ, ਇਸ ਵਾਸਤੇ ਇਹਨਾਂ ਨੂੰ ਸੜਕਾਂ ਬਣਾਉਣੀਆਂ ਚਾਹੀਦੀਆਂ ਨੇ, ਇੱਕ ਵੇਅ ਕੱਢਣਾ ਚਾਹੀਦਾ ਐਸਾ ਜਿਹਦੇ ਨਾਲ ਆਸਾਨੀ ਰਹੇ ਪਬਲਿਕ ਨੂੰ ਵੀ ਔਰ ਸਰਕਾਰ ਨੂੰ ਵੀ। ਬਿਲਕੁਲ, ਕੰਟਰੋਲ ਕਰਨ ਵਾਸਤੇ। ਸਰ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਸਰ, ਮੇਰਾ ਆਪਣਾ ਪਰਸਨਲ ਓਪੀਨੀਅਨ ਇਹ ਹੈਗਾ ਕਿ ਸਰਕਾਰ ਨੂੰ ਇੱਦਾਂ ਦੀ ਕੋਈ ਇੰਪਲੀਮੈਂਟ ਕਰਨ ਤੋਂ ਪਹਿਲੇ ਉਹਦਾ ਸਲਿਊਸ਼ਨ ਪਹਿਲੇ ਲੱਭੇ, ਫਿਰ ਜਾ ਕੇ ਲੋਕਾਂ 'ਚ ਇਹ ਅਵੇਅਰਨੈਸ ਫੈਲਾਈ ਜਾਏ। ਕਿਉਂਕਿ ਸਾਡੇ ਨਾਲ ਕੋਈ ਮੈਟਰੋ ਹੈਗੀ ਹੈ, ਦਿੱਲੀ ਜਿਹੜਾ ਮੋਸਟਲੀ ਵਪਾਰੀ ਆ, ਜੋ ਕਰਮਚਾਰੀ ਹੈ ਉਹ ਮੈਟਰੋ 'ਚ ਜਾਂਦੇ ਹੈਗੇ, ਬੰਬੇ ਚਲੇ ਜਾਓ ਉਹ ਵੀ ਰੇਲਵੇ ਦੇ ਵਿੱਚ ਜ਼ਿਆਦਾ ਯੂਜ਼ ਕਰਦੇ ਹੈ, ਅਤੇ ਇੱਥੇ ਵੀ ਸਾਡੇ ਕੋਲ ਅਜੇ ਇੰਸਟਰਕਚਰ ਹੈ ਨਹੀਂ ਕੋਈ ਵੀ, ਨਾ ਸਾਡੇ ਕੋਲ ਮੈਟਰੋ ਹੈਗੀ ਹੈ, ਨਾ ਕੋਈ ਟ੍ਰੇਨ ਹੈਗੀ ਹੈ, ਨਾ ਕੋਈ ਗੌਰਮੈਂਟ ਨੇ ਕੋਈ ਇਸ ਤਰ੍ਹਾਂ ਦੀ ਕੋਈ ਫੈਸਿਲਿਟੀ ਦਿੱਤੀ ਹੈਗੀ ਹੈ। ਬੱਸਾਂ ਵੀ ਜਿਹੜੀਆਂ ਆਪਣੇ ਟਾਈਮ ਦੀਆਂ ਜਾਂਦੀਆਂ ਹੈਗੀਆਂ, ਇੱਕ ਘਰ ਦੇ ਵਿੱਚ ਅਗਰ 2 ਜੀ ਹੈਗੇ ਆ, ਹਸਬੈਂਡ ਵਾਈਫ ਹੈਗਾ, ਅਤੇ ਕੋਈ ਟ੍ਰਾਈਸਟ ਦੇ ਵਿੱਚ ਕੋਈ ਪੰਚਕੂਲੇ ਸਰਵਿਸ ਕਰਦਾ ਹੈ, ਕੋਈ ਮੋਹਾਲੀ ਕਰਦਾ ਹੈ, ਅਤੇ ਇਹ ਪੋਸੀਬਿਲਟੀ ਨਹੀਂ ਹੋਣੀ ਵੀ ਇੱਕ ਗੱਡੀ ਨਾਲ ਸਾਰੇ ਦਾ ਸਰ ਜਾਵੇ। ਇਹ ਦਿੱਕਤ, ਇਹ ਸਭ ਤੋਂ ਮੇਨ ਪੁਆਇੰਟ ਹੈਗਾ। ਔਰ ਅੱਜ ਦੀ ਡੇਟ 'ਚ ਲੋਕਾਂ ਕੋਲ ਪੈਸਾ ਇੰਨਾ ਹੋ ਗਿਆ ਹੈ ਕਿ ਸਕੂਟਰ ਮੋਟਰਸਾਈਕਲ 'ਤੇ ਚੱਲਣਾ ਵੀ ਨਹੀਂ ਚਾਹੁੰਦੇ ਹੈਗੇ ਲੋਕ, ਕਿਉਂਕਿ ਹਰੇਕ ਸੇਫ ਵੀ ਨਹੀਂ ਹੈ, ਦੂਸਰਾ ਇਹ ਹੈ ਕਿ ਲੋਕ ਆਪਣਾ ਇੱਕ ਹੈਸਿਅਤ ਦੇ ਸਾਥ। ਇੱਕ ਜਿਹੜੀ ਸਿਚੁਏਸ਼ਨ ਜਿੱਦਾਂ ਸਰ ਨੇ ਵੀ ਕਿਹਾ, ਬੁਰਾ ਹਾਲ ਹੈ, ਟ੍ਰੈਫਿਕ ਜਾਮ, ਮਾਰਕੀਟ ਤੁਸੀਂ ਚੱਲ ਜਾਓ, ਭੀੜ ਭਾੜ ਲਗਾਤਾਰ, ਟ੍ਰੈਫਿਕ ਦੀ ਪ੍ਰੋਬਲਮ, ਲੋਕਾਂ 'ਚ ਇੰਨੀ ਜ਼ਿਆਦਾ ਪੋਪੂਲੇਸ਼ਨ। ਸਰ, ਇਹਦਾ ਹੱਲ ਹੈ, ਇਹਦੇ 'ਚ ਦੇਖੋ ਤੁਸੀਂ ਫਲਾਈਓਵਰ ਕਿਉਂ ਨਹੀਂ ਬਣਾਉਂਦੇ ਚੰਡੀਗੜ੍ਹ ਦੇ ਵਿੱਚ? ਜਦੋਂ ਆਪਾਂ ਕੋਈ ਵੀ ਇੰਪਲੀਮੈਂਟ ਕਰਦੇ ਹਾਂ ਚੰਡੀਗੜ੍ਹ 'ਚ, ਤਾਂ ਆਪਾਂ ਨੂੰ ਇੱਕ ਨਾ ਬੜਾ ਪੁਰਾਣਾ ਜਦੋਂ ਸਾਡਾ ਸ਼ਹਿਰ ਵਸਿਆ ਸੀਗਾ,
ਉਸ ਟਾਈਮ ਦੀ ਜਿਹੜੇ ਰੂਲ ਐਂਡ ਰੈਗੂਲੇਸ਼ਨ ਹੈ ਨਾ ਉਹਨਾਂ ਨੂੰ ਹੀ ਲੈ ਕੇ ਚੱਲਦੇ ਹੈਗੇ, ਲੇਕਿਨ ਅੱਜ ਦੇ ਵਕਤ ਦੇ ਹਿਸਾਬ ਨਾਲ ਇਹਨਾਂ ਨੂੰ ਥੋੜਾ ਜਿਹਾ ਦਰਕਨਾਰ ਕਰਕੇ ਨਵੇਂ ਸਿਰੇ ਤੇ ਜਿਵੇਂ ਜੀ ਹੋਰ ਸ਼ਹਿਰ ਬਸ ਰਹੇ ਅਪਡੇਟ ਜਿਹੜਾ ਅਪਡੇਟ ਕਰਨਾ ਚਾਹੀਦਾ ਇਹਨੂੰ। ਆਪਾਂ ਇਹ ਨਹੀਂ ਹੈਗਾ ਵੀ ਆਪਾਂ ਹਰ ਜਗ੍ਹਾ ਚੌਂਕ ਛੋਟੇ ਛੋਟੇ ਬਣੇ, ਚਲੋ ਇਹਨਾਂ ਨੇ ਇੰਪਲੀਮੈਂਟ ਕੀਤਾ ਥੋੜਾ ਬਹੁਤ, ਲੇਕਿਨ ਜਿਹੜਾ ਇਸ ਟਾਈਮ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈਗੀ ਹੈ ਸਾਡੇ ਕੋਲ ਫਲਾਈ ਓਵਰ ਨਹੀਂ ਹੈ। ਤੁਸੀਂ ਮੋਹਾਲੀ ਜਾਣਾ ਹੈ, ਜਿੰਨੇ ਵੀ ਦੁਆਰ ਹੈ ਸਾਡੇ, ਚਾਹੇ ਮੋਹਾਲੀ ਹੈ, ਚਾਹੇ ਸਾਡਾ ਦਿੱਲੀ ਵਾਲਾ ਰੋਡ ਹੈ, ਚਾਹੇ ਪੰਚਕੂਲੇ ਵਾਲਾ, ਇੱਥੇ ਫਲਾਈ ਓਵਰ ਬਣਨੇ ਚਾਹੀਦੇ ਹੈ। ਸ਼ਿਮਲਾ ਇਤਨਾ ਰੋਡ ਚੱਲਦਾ ਹੈਗਾ, ਰਿੰਗ ਰੋਡ ਬਣਨੇ ਚਾਹੀਦੇ ਹੈ ਤਾਂ ਜਾ ਕੇ ਕੰਟਰੋਲ ਹੋ ਗਿਆ। ਇਹ ਕੰਟਰੋਲ ਨਹੀਂ ਹੋਣਾ ਇਸ ਤਰ੍ਹਾਂ ਕਿ ਤੁਸੀਂ ਇੱਕ ਗੱਡੀ ਰੱਖ ਲਓ, ਦੀ ਪ੍ਰੋਬਲਮਸ ਹੈਗੀ ਹੈ। ਸਰਦਾਰ ਜੀ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਦੇਖੋ ਜੀ ਗੱਡੀ ਦਾ ਇੱਦਾਂ ਜੀ, ਆਪਣੇ ਆਪਣੇ ਸਾਰਿਆਂ ਨੂੰ ਜ਼ਰੂਰਤ ਹੈਗੀ। ਜਦੋਂ ਮੇਰਾ ਬੇਟਾ ਹੈ ਹੁਣ ਉਹਨੇ ਆਪਣੇ ਕੰਮ 'ਤੇ ਜਾਣਾ, ਮੈਂ ਆਪਣੇ ਕੰਮ 'ਤੇ ਜਾਣਾ, ਨੂੰਹ ਹੈ ਉਹਦੇ ਕੋਲ ਵੀ ਗੱਡੀ ਹੋਣੀ ਚਾਹੀਦੀ, ਤਿੰਨੋਂ ਇਹ ਤਿੰਨ ਮੈਂਬਰ ਹੈ ਘਰ ਦੇ, ਗੱਡੀ ਚਲਾ ਲੈਂਦੇ, ਤਿੰਨੋਂ ਨੇ ਆਪਣੇ ਆਪਣੇ ਕੰਮ 'ਤੇ ਜਾਣਾ ਹੁੰਦਾ, ਗੱਡੀ ਚਾਹੀਦੀ ਹੈ। ਬਾਕੀ ਉਹਨੂੰ ਟ੍ਰੈਫਿਕ ਕੰਟਰੋਲ ਵਾਸਤੇ ਫਲਾਈ ਓਵਰ ਸਭ ਤੋਂ ਬੈਸਟ ਹੈਗਾ। ਇੱਕ ਹੋਰ ਪ੍ਰੋਬਲਮ ਹੈ ਟ੍ਰੈਫਿਕ ਦੇ ਨਾਲ ਨਾਲ ਪਾਰਕਿੰਗ ਦੀ ਪ੍ਰੋਬਲਮ ਬਹੁਤ ਹੈ। ਤੁਸੀਂ ਸੋਸਾਇਟੀ ਚੱਲ ਜਾਓ, ਤੁਸੀਂ ਕਿਸੇ ਗੇਟਿਡ ਦੀ ਜਾਂ ਫਿਰ ਇੰਡੀਪੈਂਡੈਂਟ ਘਰ 'ਚ ਚੱਲ ਦਿਓ, ਉੱਥੇ ਪਾਰਕਿੰਗ ਹੀ ਨਹੀਂ ਮਿਲਦੀ। ਅੱਛਾ ਹੁਣ ਮੈਟਰੋ ਵਗੈਰਾ ਚੱਲੇ ਆ, ਔਰ ਜਿਹੜੀ ਅੱਛੀ ਸੁਵਿਧਾ ਹੋਏਗੀ ਬੰਦਾ ਫਿਰ ਸੋਚ ਸਕਦਾ ਗੱਡੀ ਨਾਲ ਲੈਣ ਬਾਰੇ। ਵੀ ਫਿਲਹਾਲ ਤਾਂ ਕੋਈ ਇੱਦਾਂ ਦੀ ਹੈ ਨਹੀਂ, ਗੱਡੀ ਲਿਆਉਣੀ ਪੈਂਦੀ ਹੈ, ਗੱਡੀ ਵਗੈਰਾ ਜੋ ਨਹੀਂ ਕੰਮ ਸਰਦਾ। ਮੈਟਰੋ ਸਟੇਸ਼ਨ ਬਣ ਜਾਣਗੇ ਤੇ ਜਿਹੜੇ ਟ੍ਰੈਫਿਕ ਦਾ ਵੀ ਜਿਹੜਾ ਆਪਣਾ ਪਾਰਕਿੰਗ ਦਾ ਮਸਲਾ ਵੀ ਹੱਲ ਹੋ ਜਾਏਗਾ, ਕਿਉਂ ਆਪਾਂ ਦਿੱਲੀ ਜਾਂਦੇ ਹਾਂ, ਮੈਟਰੋ ਸਟੇਸ਼ਨ ਬਣੇ ਹੋਏ ਆ, ਉੱਥੇ ਗੱਡੀਆਂ ਪਾਰਕ ਕਰਦੇ ਆਪਣੀ ਦੁਕਾਨ ਤੇ ਚਲੇ ਜਾਂਦੇ ਹੈਗੇ। ਮੇਰਾ ਤਾਂ ਇਹ ਸੁਜੈਸ਼ਨ ਜਿਹੜਾ ਗੌਰਮੈਂਟ ਨੂੰ ਹੈਗਾ ਕਿ ਤੁਸੀਂ ਮੈਟਰੋ ਚਲਾਓ, ਉਹ ਫਲਾਈ ਓਵਰ ਬਣਾਓ, ਆਪਣਾ ਬਹੁਤ ਵਧੀਆ ਕੰਟਰੋਲ ਹੋ ਜਾਏਗਾ। ਲੇਕਿਨ ਇਹ ਦੇਖੋ ਜੇ ਗਵਰਨਰ ਸਾਹਿਬ ਨੇ ਗੱਲ ਕਹੀ ਹੈ, ਉਹਨਾਂ ਦਾ ਆਪਣਾ ਪਰਸਨਲ ਓਪੀਨੀਅਨ ਹੋ ਸਕਦਾ, ਲੇਕਿਨ ਪਬਲਿਕ ਇਹਦੇ ਨਾਲ ਅਸੀਂ ਤਾਂ ਐਗਰੀ ਹੈ ਨਹੀਂ ਇਸ ਟਾਈਮ ਵਾਲਾ। ਕਈ ਚੀਜ਼ਾਂ ਨੇ ਲੋਕਾਂ ਦੀ ਰਾਹ, ਕਿਉਂਕਿ ਕਾਫੀ ਪੁਰਾਣੇ ਇੱਥੇ ਚੰਡੀਗੜ੍ਹ 'ਚ ਰਹਿ ਰਹੇ ਨੇ, ਔਰ ਕੰਟੀਨਿਊ ਪਾਪੂਲੇਸ਼ਨ ਵਧਣਾ, ਹਾਲਾਂਕਿ ਬਿਲਕੁਲ ਸਹੀ ਗੱਲ ਹੈ ਕਿ ਕੋਈ ਜੌਬ ਕਰ ਰਿਹਾ, ਲੇਕਿਨ ਦੂਜੀ ਦਿੱਕਤ ਇਹ ਵੀ ਹੈ ਟ੍ਰੈਫਿਕ ਦੇ ਨਾਲ ਨਾਲ ਜਿਹੜੀ ਪਾਰਕਿੰਗ ਦੇ ਇਸ਼ੂਜ਼ ਹੈ ਉਹ ਵੀ ਲਗਾਤਾਰ ਵੱਧਦੇ ਜਾ ਰਹੇ। ਹਾਲਾਂਕਿ ਲਗਾਤਾਰ ਇਹਦੇ ਵਿੱਚ ਕੰਮ ਕੀਤਾ ਜਾ ਰਿਹਾ, ਐਡਮਿਨਿਸਟ੍ਰੇਸ਼ਨ ਵੱਲੋਂ ਫਲਾਈਓਵਰ ਦੀ ਗੱਲ ਕੀਤੀ ਗਈ ਹੈ ਜਾਂ ਫਿਰ ਓਵਰਬ੍ਰਿਜ ਦੀ ਗੱਲ ਕੀਤੀ ਗਈ ਹੈ ਜਾਂ ਫਿਰ ਕਿਸ ਤਰ੍ਹਾਂ ਟ੍ਰੈਫਿਕ ਨੂੰ ਅਸੀਂ ਰੂਲ ਐਂਡ ਰੈਗੂਲੇਸ਼ਨ ਕਰਨਾ। ਲੇਕਿਨ ਸਵਾਲ ਦੂਜੇ ਪਾਸੇ ਇਹ ਹੈ ਕਿ ਇੱਕ ਘਰ ਦੇ ਵਿੱਚ ਚਾਰ ਚਾਰ ਪੰਜ ਪੰਜ ਗੱਡੀਆਂ, ਜੇਕਰ ਤੁਸੀਂ ਨਿਕਲ ਰਹੇ ਹੋ ਉੱਥੇ ਪਾਰਕਿੰਗ ਇਸ਼ੂ ਸਭ ਤੋਂ ਪਹਿਲਾਂ, ਫਿਰ ਅੱਗੇ ਤੁਸੀਂ ਜਾ ਰਹੇ ਹੋ ਸੜਕਾਂ 'ਤੇ ਟ੍ਰੈਫਿਕ ਇਸ਼ੂ ਜਿਹੜਾ ਹੈ, ਕਈ ਚੀਜ਼ਾਂ ਨੂੰ ਲੈ ਕੇ ਯੂਟੀ ਦੇ ਹਾਲਾਂਕਿ ਵਿਚਾਰ ਵਿਮਰਸ਼ ਕੀਤੇ ਜਾ ਰਹੇ ਨੇ ਲਗਾਤਾਰ, ਇਹਦੇ ਵਿੱਚ ਮੀਟਿੰਗਸ ਜਿਹੜੀ ਹੈ ਪਿਛਲੇ ਦਿਨਾਂ 'ਚ ਹੋਈਆਂ, ਅਤੇ ਹੁਣ ਦੇਖਣਾ ਹੋਵੇਗਾ ਅੱਗੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੇ ਡਿਵੈਲਪਮੈਂਟ ਵਰਕਸ ਉਹ ਕੀਤੇ ਜਾਂਦੇ। ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਕੁਮਾਰ ਲਾਲ, ਮਨੋਜ ਰਾਠੀ, ਨਿਊਜ਼ 18 ਪੰਜਾਬ।